ਰਾਣੀ ਪ੍ਰਨੀਤ ਕੌਰ ਜਿਹੜੇ ਕਿ BJP ਦੇ ਉਮੀਦਵਾਰ ਨੇ ਪਟਿਆਲੇ ਤੋਂ, ਉਹਨਾਂ ਦਾ ਪੁਤਲਾ ਹੈ ਨਾਲ ਮੋਦੀ ਸਾਹਿਬ ਦਾ। ਇਹ ਇਸ ਕਰਕੇ ਸਾੜ ਰਹੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ, ਦੋ ਦਿਨ ਪਹਿਲਾਂ ਇਹਨਾਂ ਸਾਡੇ ਕਿਸਾਨ ਨੂੰ ਸ਼ਹੀਦ ਕੀਤਾ, ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਅਜੇ ਤੱਕ ਕੱਟਿਆ ਗਿਆ, ਨਾ ਉਹਨੂੰ ਅਰੈਸਟ ਕੀਤਾ ਗਿਆ, ਔਰ ਨਾ ਹੀ ਇਹਦੇ ਵਿੱਚ ਵੇਖੋ ਪ੍ਰਨੀਤ ਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ, ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ, ਸਾਨੂੰ ਡੱਕ ਲਓ, ਇਹੋ ਜਿਹੀਆਂ ਗੱਲਾਂ ਕੀਤੀਆਂ। ਫਿਰ ਉੱਥੇ ਧੱਕਾ ਮੁੱਕੀ, ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ, ਧੱਕਾ ਮੁੱਕੀ ਦੌਰਾਨ ਜਦੋਂ ਉਹਦੇ ਧੱਕਾ ਵੱਜਿਆ ਅਤੇ ਉਹ ਡਿੱਗਣ ਨਾਲ ਬੰਦਾ ਮਰਿਆ। ਅਤੇ ਇਹ ਆਪਾਂ ਆਪਣੇ ਸ਼ਹੀਦ ਨੂੰ ਇਨਸਾਫ ਦਿਵਾਉਣ ਲਈ ਕੱਲ੍ਹ ਦੀ ਇੱਕ ਛੋਟੀ ਜਿਹੀ ਕਾਲ 'ਤੇ ਅੱਜ ਬੰਦਿਆਂ ਨੂੰ ਕਹਿ ਕੇ, ਅਤੇ ਅੱਜ ਪ੍ਰਨੀਤ ਕੌਰ ਅਤੇ BJP ਦੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਰਹੇ। ਨਹੀਂ, ਇਹ ਸਾਡੀ ਯੂਨੀਅਨ ਪੂਰੇ ਪੰਜਾਬ 'ਚ ਹੀ ਫੂਕੇਗੀ ਇਹ ਪੁਤਲੇ ਅੱਜ, ਇਕੱਲੇ ਬਟਾਲੇ 'ਚ ਨਹੀਂ, ਪੂਰੇ ਪੰਜਾਬ 'ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰੋਗਰਾਮ ਹੈ। ਕਿਉਂਕਿ ਦੇਖੋ ਇਹ ਤਾਂ ਮਾਹੌਲ ਬਹੁਤਾ ਹੀ ਮਾੜਾ ਬਣ ਗਿਆ ਨਾ, ਕਿ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ, ਜਿਨ੍ਹਾਂ ਨੇ ਸਾਡੇ MP ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ, ਉਹਨਾਂ ਨੂੰ ਆਪਾਂ ਆਪਣੀ ਦੁੱਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ। ਉਹ ਨਾਲ ਪੁਲਿਸ ਨਾਲ ਬਾਉਂਸਰ ਲੈ ਕੇ ਅਸੀਂ ਘੁਮਾਣ ਵੀ ਆ ਪਿੱਛੇ ਜੇ ਕੀਤਾ ਵਿਰੋਧ ਹੁਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ, ਅਤੇ ਨਾਲ 15-20 ਬਾਉਂਸਰ ਨਾਲ ਪੁਲਿਸ ਨਾਲ, ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ। ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ, ਕਿਉਂਕਿ ਸਵਾਲ ਪੁੱਛਣ ਦਾ ਤਾਂ ਹੱਕ ਹਰ ਇੱਕ ਨੂੰ ਹੈਗਾ ਨਾ। ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤਾਂ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ? ਜੇ ਅਸੀਂ ਪੁੱਛਦੇ ਹਾਂ ਤਾਂ ਫਿਰ ਇਹ ਸਾਨੂੰ ਮਾਰਨ 'ਤੇ ਆ ਗਏ ਨੇ, ਵੀ ਮਾਰ ਹੀ ਦੇਣੇ ਬੰਦੇ, ਫਿਰ ਇਹ ਬਹੁਤ ਮਾੜੀ ਗੱਲ ਆ। ਮੇਰਾ ਨਾਮ ਬਚਨ ਸਿੰਘ, ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਕਰਤਾਰ। ਇਹੋ ਹੀ ਆ ਜਿੱਦਾਂ ਕਿ ਦੱਸਿਆ ਪ੍ਰਧਾਨ ਜੀ ਨੇ, ਵੀ ਇਹ ਅਸੀਂ ਤਾਂ ਕਿਸਾਨ ਤਾਂ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ। ਜਿਹੜੇ ਲੀਡਰ ਆਉਂਦੇ ਆ, ਸਾਡਾ ਸਵਾਲ ਕਰਨਾ ਫਰਜ਼ ਆ, ਵੀ ਸਾਡੀਆਂ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ, ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ, ਅਸੀਂ ਤਾਂ ਆਪਣੇ ਸਵਾਲ ਕਰਨੇ ਆ ਸ਼ਾਂਤਮਈ। ਇਹ ਨਾਲ ਗੁੰਡੇ ਲੈ ਕੇ ਆਉਂਦੇ ਆ, 10-10, 20-20 ਇਹਨਾਂ ਦੇ ਨਾਲ ਗੁੰਡੇ ਆ, ਨਾਲ ਪੁਲਿਸ ਆ, ਅਤੇ ਨਾਲ ਇਹ ਕਹਿੰਦੇ ਆ ਵੀ ਅਸੀਂ ਆਵਾਂਗੇ, ਸਾਨੂੰ ਡੱਕ ਕੇ ਦੱਸਿਓ। ਅਸੀਂ ਤਾਂ ਇਹ ਗੱਲ ਕਹਿੰਦੇ ਸਵਾਲ ਕਰਦੇ ਹਾਂ ਵੀ ਜੇ ਅਸੀਂ ਦਿੱਲੀ ਨੂੰ ਜਾਂਦੇ ਹਾਂ, ਤੁਸੀਂ ਰਾਹ ਦੇ ਵਿੱਚ ਕਿੱਲ ਕੱਢੇ ਆ, ਕੰਧਾਂ ਕੱਢੀਆਂ ਆ, ਕੀ ਅਸੀਂ ਪਾਕਿਸਤਾਨੀ ਹਾਂ? ਦਿੱਲੀ ਸਾਡੀ ਪੰਜਾਬ ਦੀ ਰਾਜਧਾਨੀ ਨਹੀਂ, ਅਸੀਂ ਦਿੱਲੀ ਜਾ ਨਹੀਂ ਸਕਦੇ? ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਉੱਥੇ ਮੰਨੀਆਂ 13 ਮਹੀਨੇ ਬਹਿ ਕੇ, ਉਹ ਮੰਗਾਂ ਲਾਗੂ ਨਹੀਂ ਕੀਤੀਆਂ, ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹਾਂ, ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ। ਇਹਨੂੰ ਅਸੀਂ ਸਵਾਲ ਕਰਨਾ, ਅਸੀਂ ਪੁੱਛਣਾ ਵੀ ਤੁਸੀਂ ਕੀ ਸਾਡੇ ਕਿਸਾਨਾਂ ਵਾਸਤੇ ਉੱਥੇ ਸਵਾਲ ਉਠਾਏ? ਇਹ ਉਹ ਗੱਲ ਦਾ ਜਵਾਬ ਤਾਂ ਅਸੀਂ ਮੰਗਣੇ ਆ, ਕਿਉਂਕਿ 5 ਸਾਲ ਇਹਨਾਂ ਫਿਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ, ਅਤੇ ਜਦੋਂ ਅਸੀਂ ਸਵਾਲ ਕਰਦੇ ਹਾਂ ਅਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ 'ਤੇ ਪ੍ਰਦਰਸ਼ਨ ਕਰਦੇ ਹਾਂ, ਕੀ ਡਰ ਪੈ ਜਾਂਦਾ ਆ? ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਅਤੇ ਨਾਲ ਚੈਲੇਂਜ ਕਰਦੇ ਆ ਵੀ ਅਸੀਂ ਆਵਾਂਗੇ, ਤੁਸੀਂ ਸਾਨੂੰ ਡੱਕ ਕੇ ਦਿਖਾਇਓ। ਜੇ ਇਹਨਾਂ ਨੇ ਤਾਂ ਵੋਟਾਂ ਲੈਣੀਆਂ ਸਾਡੇ ਕੋਲੋਂ, ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਆ, ਸਾਡੇ 'ਤੇ ਰਾਜ ਕਰਨਾ ਆ? ਇਸ ਕਰਕੇ ਅਸੀਂ ਇਹਨਾਂ ਦੇ ਬਿਲਕੁਲ ਜੀ, ਇੱਥੇ ਵੀ ਅੱਤਿਆਚਾਰ ਹੋ ਰਿਹਾ, ਅਤੇ ਜੇ ਬਾਰਡਰਾਂ 'ਤੇ ਹੀ ਗਏ ਹਾਂ ਤਾਂ ਉੱਥੇ ਅੱਗੇ ਕਿੱਲ ਕੱਢ ਕੇ, ਕੰਧਾਂ ਕਰਕੇ, ਅਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ। ਹੁਣ ਵੀ ਕਿਸਾਨ ਨੂੰ ਧੱਕਾ ਮਾਰ ਕੇ ਗਾਲਾਂ ਕੱਢ ਕੇ ਅਤੇ ਉਹਨੂੰ ਸੁੱਟਿਆ ਗਿਆ, ਜਦੋਂ ਉਹਦੇ ਸੱਟ ਲੱਗੀ ਉਹਦੀ ਮੌਤ ਹੋ ਗਈ ਆ, ਅਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ, ਅਤੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਆ, ਸਾਡੇ ਸਵਾਲਾਂ ਦੇ ਜਵਾਬ ਦੇ ਦਿਓ। ਸ਼ਾਂਤਮਈ ਅਸੀਂ ਪ੍ਰਦਰਸ਼ਨ ਕਰਨਾ, ਸਾਡੇ ਸਵਾਲਾਂ ਦੇ ਜਵਾਬ ਦਿਓ।